तैनु जानबूझ के हार के की मिलदा पांजा? छे महीने बड़ा मैं ममाओ तो छोटे नूं हराउंदा चंगा लगू, नाले जे मैं जित भी जांदा ना मैनू इन्नी कु खुशी होनी सी। इहदे जित्तण दी ना एड्डी खुशी हुंदी आ। सत श्री अकाल, नमस्ते, आदाब, की हाल चाल ने? सारे ठीक ठाक हो गए? जे तुसीं मेरे चैनल पर आ गए हो चैनल कर दो सबसक्राइब, वीडियो लाइक करके शेयर जरूर करो। अज आप जी रिएक्शन वीडियो लैके आए हैं वो माँ मूवी का ट्रेलर आ चुका वा। पहले टीज़र आया से थोड़े दिन पहलों, तो एक गिप्पी गरेवाल जी की मूवी आ रही है तो वह ट्रेलर आ, तो चलो देखना करते हैं। माँ एक शब्द बहुत प्यारा वा। माँ एक शब्द वो आ जिदे ना रूह में एक सुकून मिलता वा। माँ शब्द एक वो आ जिन्हों सुन के ऐ लगता कि साढ़े नाल कोई है जिहड़ा सानू अपना, मतलब मेरा कहने का मतलब यह है कि जिन्हों ना की गल कर माँ तो माँ ही आ, एक नाम सुन के ही वह चीज़ा महसूस होंदिया जिहड़ा मतलब सदा साढ़े नाल रहिंदा वा, वह वा एक माँ हर एक च आपां नूं हल्लाशेरी दिंदी आ। जदों आपां टुटे हुंदे आ उहनूं एक हौसला दिंदी आ। तो उस दे उत्ते गिप्पी गरेवाल जी ने मूवी बनाउणा कीती आ। तो चलो फिर आपां देखदे आ किदां दी मूवी आ, ट्रेलर आ चुक्या वा, तो बाकी ट्रेलर के नाल नाल रिव्यू भी करांगे किदां दा ट्रेलर है। तो वीडियो शुरू तो लैके एंड तक जरूर देखियो। जे तुसीं हाले तक ट्रेलर नहीं देखिया तो जाके मैं लिंक दिखा डिस्क्रिप्शन देख सकते जो। तो चलो फिर आप चलते वीडियो वाले। तारीख ना अपनी डायरी च लिख लो। असी दा दिल दी डायरी लाई हुई है तेरे वास्ते, लिखा भी की लिखाना। अगले साल अपां लोहड़ी वंडांगे। अगले साल अपां, रब ने साडी सुन ली, मेरे अंदर निक्का जिहा कुछ खेड़ा आए है। ਪਿੰਡ ਦੇ ਬਾਹਰ ਜਿਹੜਾ ਬੰਦਾ ਬੈਠਾ ਸੀ ਨਾ ਨੰਗ ਤੜੰਗ ਜਿਹਾ ਵਿਚਾਰਾ, ਉਹਨੂੰ ਕੱਪੜੇ ਲੈ ਦੀ ਯਾਰ। ਤੂੰ ਕਾਕਾ ਵੱਲ ਹੀ ਠੇਕਾ ਲਿਆ ਸਾਰਿਆਂ ਦਾ। ਮੇਰਾ ਤਾਂ ਜੀ ਕਰਦਾ ਯਾਰ ਇਹਨਾਂ ਸਾਰੇ ਬੇਘਰਾਂ ਵਾਸਤੇ ਨਾ ਇੱਕ ਸਾਂਝਾ ਕਰ। ਹਾਏ ਕੀ ਬਾਤ ਹੈ, ਆਪਣਾ ਘਰ ਹੋਵੇ ਕੀ ਬਾਤ ਹੈ। ਤੈਨੂੰ ਇੱਕ ਗੱਲ ਕਹਿਣੀ ਸੀ, ਜਿਹੜੀ ਦੁਨੀਆ 'ਚ ਤੋਂ ਆਉਣਾ ਹੈ ਨਾ ਇਹ ਦੁਨੀਆ ਬਹੁਤ ਸੋਹਣੀ ਹੈ, ਪਰ ਇੱਥੇ ਨਾ ਕੁਝ ਲੋਕ ਬਹੁਤ ਭੈੜੇ ਹੈ। ਮੈਂ ਪ੍ਰਗਟਾਂ, ਮੈਂ ਜੋਗੇ ਦੇ ਘਰ ਵਾਲੀ ਪੂਰੀ ਹੋ ਗਈ। ਓਹੋ ਹੋ ਹੋ, ਉਹ ਤਾਂ ਹਾਲੇ ਨਿਆਣਾ ਵੀ ਨਿੱਕਾ ਜਿਹਾ ਪੁੱਤ। ਮੈਨੂੰ ਪਤਾ ਤੁਹਾਡੇ ਅੰਦਰ ਕੀ ਚੱਲਦਾ। एक ना ये बहुत सीरीयस मैटर के उत्ते मूवी आ, जिदा इहदा ट्रेलर आ या इहदे च जो दसना कीता वा। माँ जे देखो माँ का दर्द महसूस करा सकणगे फिर ही वह मूवी मूवी हुंदी आ। एक ना दे नाल कल्ली मूवी नहीं चलती, मूवी दे च वह चीज़ां होनियां भी जरूरी हुंदियां वा। मैनू लगता कि इस मूवी दे च जिदा सीन आ रहे आ ट्रेलर दे विच, जिदा माँ उन्हां दी पूरी हो गई हुण बच्चा है ना, तो यह चीज़ां मैनू लगता वा कि पूरी एक ਬਹੁਤ ਵਧੀਆ ਸਟੋਰੀ ਹੋਊਗੀ। ਅਸੀਂ ਤਕਦੀਰ ਤੇ ਜੋਰੇ ਦੋਨਾਂ ਨੂੰ ਪਾਲਾਂਗੇ, ਮੈਂ ਇਹਨੂੰ ਦੁੱਧ ਪਿਆਉਂਗੀ। ਅੱਛਾ, ਇਥੋਂ ਦੁਬਾਰਾ ਦੇਖਦੇ। ਅੱਛਾ ਅੱਛਾ, ਮੈਨੂੰ ਪਤਾ ਤੁਹਾਡੇ ਅੰਦਰ ਕੀ ਚੱਲਦਾ। ਅਸੀਂ ਤਕਦੀਰ ਤੇ ਜੋਰੇ ਦੋਨਾਂ ਨੂੰ ਪਾਲਾਂਗੇ, ਮੈਂ ਇਹਨੂੰ ਦੁੱਧ ਪਿਆਉਂਗੀ ਆਪਣਾ। ਓਹ ਹੋ, ਅਸੀਂ ਸਾਡਾ ਇੱਕ ਨਹੀਂ ਦੋ ਪੁੱਤ। ਕੀ ਬਾਤ ਹੈ, ਮਾਤਾ ਮਿੱਤਰ ਜੱਗ ਤੇ ਰੱਬ ਦੇ ਰੂਪ ਜਹੀ। ਮੈਂ ਚਿੱਕੜ ਰਿਚ ਵੀ ਪਹਿਲੇ ਨੰਬਰ ਤੇ ਆਇਆ, ਫੇਰ ਤਾਂ ਛਾ ਗਈ ਮੇਰੀ ਤਕਦੀਰ। ਪਹਿਲੇ ਸ਼ਾਦਾ ਫਿਰ ਤੇ ਰਸੂਟ ਤੇ ਵੀ ਗਿਆ, ਆਪਾਂ ਹੋਰ ਪਾ ਲੈਣਾ ਇਹਨਾਂ ਦੇ ਮੂੰਹ ਦੀ ਮਿੱਟੀ, ਮਾਂ ਤੇ ਪੁੱਤ ਨੂੰ ਹੋਰ ਸੋਹਣਾ ਬਣਾ ਦੇਣਾ। ਕੀ ਬਾਤ ਹੈ ਯਾਰ, ਆਹ ਚੀਜ਼ਾਂ ਜਿਹੜੀਆਂ ਨਾ ਸੱਚੀ ਕਦੀ ਸੱਚੀ ਗੱਲ ਕਰਦਾ ਵਾਂ, ਮਾਂ ਮਾਂ ਹੀ ਹੁੰਦੀ ਆ। ਤੂੰ ਜਿੰਨਾ ਮਰਜ਼ੀ ਲਿਬੜਿਆ ਆਵੇਂ, ਕੁਝ ਵੀ ਕਰਕੇ ਆਇਆ ਵਾਂ, ਜੇ ਮਾਂ ਨੂੰ ਜੱਫੀ ਪਾ ਲੈ ਮਾਂ ਤੈਨੂੰ ਇਹ ਨਹੀਂ ਕਹੂਗੀ ਤੂੰ ਲਿਬੜਿਆਂ ਤੋਂ ਪਰੇ ਹੋ ਜਾ। ਇਹ ਸੀਰੀਅਸ ਆ, ਇਹ ਬਿਲਕੁਲ ਇੱਕ ਹਕੀਕਤ ਮੂਵੀ ਹੋ ਗਈ। ਬਹੁਤ, ਮੈਂ ਹਾਲੇ ਇੱਕ ਮਿੰਟ ਦਾ ਟ੍ਰੇਲਰ ਵੇਖਿਆ ਮਗਰ ਮੇਰਾ ਦਿਲ ਹਾਰਨ ਤੋਂ ਹੀ ਭਰਨਾ ਸ਼ੁਰੂ ਹੋ ਗਿਆ। ਉਹ ਤਾਂ ਕਿ ਮਾਂ ਮਾਂ ਹੀ ਆ ਯਾਰ, ਬਸ ਜਿਨ੍ਹਾਂ ਦੀ ਨਹੀਂ ਹੈ ਉਹਨਾਂ ਨੂੰ ਪੁੱਛੋ ਮਾਂ ਦਾ ਗਿਆਨ ਦਾ ਦੁੱਖ ਕਿੰਨਾ। ਕੱਲ੍ਹ ਪਰਸੋਂ ਦੀ ਗੱਲ ਹੈ, ਮੈਂ ਇੱਕ ਦੇਖ ਰਿਹਾ ਸੀ ਸੇਵਾ ਕਰਕੇ, ਉਹ ਸੁਸਾਇਟੀ ਆ ਪੰਜਾਬ ਦੇ ਵਿੱਚ, ਉਹਨਾਂ ਦੀ ਮਾਂ ਪੂਰੀ ਹੋ ਗਈ ਕੁਝ ਸਮਾਂ ਪਹਿਲਾਂ, ਅਤੇ ਦੋਵੇਂ ਭਰਾ ਹੀ ਬੱਚੇ ਇਕੱਲੇ। ਇੱਕ ਭਰਾ ਮਤਲਬ ਸਿੰਗਰ ਸੀ, ਉਹ ਪਾਗਲ ਹੋ ਗਿਆ ਵਿਚਾਰਾ ਮਾਂ ਦੇ ਸਦਮੇ ਵਿੱਚ, ਕਿੰਨਾ ਪਿਆਰ ਉਹ ਮਾਂ ਨਾਲ। ਅਤੇ ਰੱਬ ਸਾਰਿਆਂ ਦੀ ਮਾਵਾਂ ਨੂੰ ਹੱਸਦੀਆਂ ਵੱਸਦੀਆਂ ਰੱਖੇ, ਖੁਸ਼ ਰਹਿਣ ਸਾਰਿਆਂ ਦੀ ਮਾਵਾਂ, ਅਤੇ ਮਾਵਾਂ ਨੂੰ ਪਿਆਰ ਕਰਿਆ ਕਰੋ ਯਾਰ, ਕਦੀ ਵੱਖਰਾ ਨਾ ਛੱਡਿਆ ਕਰੋ ਮਾਵਾਂ ਨੂੰ, ਪਿਆਰ ਕਰਿਆ ਕਰੋ। ਚੰਗਾ ਲੱਗੂ ਨਾਲੇ ਜੇ ਮੈਂ ਜਿੱਤ ਵੀ ਜਾਂਦਾ ਨਾ ਮੈਨੂੰ ਇੰਨੀ ਕੁ ਖੁਸ਼ੀ ਹੋਣੀ ਸੀ। ਇਹਦੇ ਜਿੱਤਣ ਦੀ ਨਾ ਐਡੀ ਖੁਸ਼ੀ ਹੁੰਦੀ ਆ। ਇੱਕ ਗੱਲ ਮੈਂ ਦੱਸ ਦੂੰ, ਭਰਾ ਭਰਾ ਦੀ ਗੱਲ ਚੱਲਦੀ ਹੁਣ, ਇੱਦਾਂ ਭਰਾ ਦੀ, ਮੇਰਾ ਵੱਡਾ ਭਰਾ ਵਾ, ਸੀਰੀਅਸਲੀ ਗੱਲ ਹੈ, ਸੱਚੀ ਗੱਲ ਹੈ, ਉਹ ਆਪ ਨਹੀਂ ਚੀਜ਼ ਲੈਂਦਾ, ਆਪ ਸੋਚੂਗਾ ਮੈਂ ਬਾਅਦ 'ਚ ਲੈ ਲੂੰਗਾ। ਮੈਂ ਕੋਈ ਚੀਜ਼ ਕਹਿ ਦਾ ਨਾ, ਮੈਂ ਛੋਟਾ ਉਹਦੇ ਨੂੰ, ਮੈਂ ਕੋਈ ਚੀਜ਼ ਕਹਿ ਦਾ ਵੀਰ ਮੈਂ ਆਹ ਚੀਜ਼ ਲੈਣੀ ਆ,
ले ला कोई नहीं कोई नहीं, पैसे चाहिए हूँ तो दस दी मैं दे दूंगा। मतलब इन्ना प्यार करता आप उन्हें घट्टो घट 3 साल आ वाला फोन चलाया जिते मैं स्क्रीन रिकॉर्डिंग कर दिया 3 साल। ठीक है, मैं जो पहला फोन लिया उदों भी नवा लिया, उन्हें यह फोन लिया सी मेरे हिसाब न उदों नवा नवा 12,000 का आया सी, ते मैनू उन्हें पहला फोन लैके दिता 14,000 का। उस तो बाद मैं दोबारा फिर 16,000 का फोन ले लिया, हूँ जोड़ा मैं चला 17,000 का फोन है। 3 फोन मैं चेंज करते तो उन्हें आ वाला फोन चलाया, तो उन्होंने फोन जोड़ा हूँ मेरे तो ना SM ये फोन उदे को सी, तो मैंने फोन की लड़ सी व्डे फोन की, तो मैं कहता तू अपने वाला फोन मैनू दे जा, मेरे वाला तू लै जा। भरा भी बहुत प्यार करते छोटे भरावान, बस एक प्यार भरा समझना चाहिए। पता नहीं अजक के भरा क्यों लड़ पेंदे, मैं तो इस चीज़ से हैरान हूं वा यार, भरा भी अपने ही आ क्यों आप लड़ते हैं। जे आप छोटे होंद लड़ते हैं तो आप बाद अड्ड हो जाने छोटे होंद नहीं होंगे ना, आप फिर मना लें एक दूजे, फिर आप व्डे हो गए क्यों आप एक दूजे ने दुश्मनियाँ पालते हैं। पैसा नाल थोड़ा जाना, प्यार करोगे यादा रह जाएगियाँ। इस करके भरावान प्यार बनाओ यार, भरावान हमेशा प्यार रख्या करो यार। बहुत एक घेंट मूवी आ, ये वह मैं बोलन दिया वेख लो ट्रेलर इन्ना घेंट लग गया। मेरे बच्चों के सिर पर मेहर भर हाथ रखी मालिका, जे मनजीत कौर मोटर वाली जमीन दे दे तो मुंह मंग भी रकम दे दो, मैं वध भी दवा दूं। करो बाहर निकल, तू साढ़े 8 किले दबण की सोची सी ना 24 साल पहला, 8 किले 30 किले का बनाया मैं। हथ की खोई जा सकती है, मत्थे दी क्या बात है। ले जा भी तन्नू जमीन दा 1 इंच भी दे दूंगी। जनानी नहीं लोहे दा पहाड़ है, वो सीधी उंगल ना क्यों निकल लनी, टेढ़ी करके कुछ मिले नहीं, लगता पीपी मुद्दे मारनी पड़ी। शरीर चले जाते हैं पर रूहां साढ़े अंदर ज्योंदिया रहिंदिया ने, जे उन्हां नूं ज्योंदिया रखना तां बदले दी अग नूं ठंडा करना पड़ा। की हाल है मेरी तकदीरे, मैनूं कड़ा बुखार चढ़िया, मैं कहा पता नहीं किड्डा कु जरूरी काम है। की होया पुत, आ लंघ जाया क्यों मारदा, गोडे ते झरीट जी बज गई सी। ओ फूक मराला मां तो ठीक हो जाएगा, जे फूकां नाल सब ठीक होण लग गया ना टक्कणा फिर डॉक्टर वेले ना हो जाण। ਸਿਖਾ ਸੀ ਮੈਂ ਤੁਹਾਨੂੰ ਸ਼ੁਰੂ ਤੋਂ, ਮੰਗ ਕੇ ਖਾਣਾ ਨਹੀਂ, ਦੁਸ਼ਮਣ ਦੇ ਜਾਣਾ ਨਹੀਂ ਤੇ ਬੇਈਮਾਨ ਨੂੰ ਬੁਲਾਉਣਾ ਨਹੀਂ, ਤੇ ਤੁਸੀਂ ਤਾਂ ਕੱਖ ਨਹੀਂ ਸਿੱਖਿਆ। ਰੂੜੀ ਦਾ ਕੂੜਾ ਪਲੰਗ ਤੇ ਰੱਖੀ ਬੈਠੀ ਹੈ ਰੱਡੀ ਤੇਵੇਂ, ਜਿੰਦਾ ਲਾਮੂ ਨੂੰ, ਜੇ ਮੇਰੀ ਮੂੰਹ ਬਾਰੇ ਕੱਖ ਵੀ ਬੋਲਿਆ ਨਾ ਖਲਾਰ ਕੇ ਰੱਖ ਤੂੰ ਤੱਤਰ ਦੇ ਖੰਭਾਂ ਵਾਂਗੂ। ਮੇਰੀ ਦੁਨੀਆ ਮੇਰੀ ਮਾਂ ਤੋਂ ਸ਼ੁਰੂ ਹੁੰਦੀ ਹੈ ਤੇ ਮਾਂ ਤੇ ਖਤਮ। ਮਨਜੀਤ ਕੌਰ ਦਾ ਹੌਸਲਾ ਤੇ ਜ਼ਮੀਨ ਨਾ ਖਰੀਦੇ ਜਾ ਸਕਦੇ ਆ ਨਾ ਖੋਏ ਜਾ ਸਕਦੇ ਆ। ਮਾਂ ਮਾਂ ਜੋਟਾ ਤੂੰ ਵੀ ਸੋਹਣਾ, ਤੇਰਾ ਨਾਂ ਵੀ ਸੋਹਣਾ। ਹਾਏ ਹਾਏ ਰੱਬ ਦਾ ਰੂਪ ਜਹੀ। ਹਾਂਜੀ ਇਹ ਸੀਗਾ ਜੀ ਟ੍ਰੇਲਰ ਅਫੀਸ਼ੀਅਲ ਮਾਂ ਮੂਵੀ ਦਾ, ਗਿੱਪੀ ਗਰੇਵਾਲ ਦੀ ਜੀ ਜੋ ਆ ਰਹੀ, ਜ਼ਰੂਰ ਵੇਖਣ ਜਾਓ ਯਾਰ, 6 ਮਈ ਨੂੰ ਇਹ ਲਾਂਚ ਹੋਣੀ ਆ ਮੂਵੀ, ਜ਼ਰੂਰ ਵੇਖਣ ਜਾਇਓ। ਇਹ ਮੂਵੀ ਵੇਖ ਕੇ ਨਾ ਇੱਕ ਦਿਲਾਂ ਵਿੱਚ ਆਪਣੇ ਪਿਆਰ ਬਣੂਗਾ। ਆਪਾਂ ਜਿਹੜੇ ਮਾਤਾ ਪਿਤਾ ਕੋਲ ਦੂਰ ਹੋਈ ਜਾਂਦਾ ਹੈ ਨਾ, ਉਹ ਚੀਜ਼ਾਂ ਖਤਮ ਹੋਣਗੀਆਂ। ਮਾਂ ਪਿਓ ਦੀ ਜਿਹੜੀ ਵੀ ਕੋਈ ਮੂਵੀ ਆਉਂਦੀ ਆ, ਮਾਂ ਨੂੰ ਜਿਹ 'ਚ ਵਿਖਾਇਆ ਜਾਂਦਾ ਅਸਲ 'ਚ ਮਾਂ ਕਿੱਦਾਂ, ਇਹ ਦੇਖੋ ਇੱਕ ਬਨਾਵਟੀ ਗੱਲਾਂ ਨਹੀਂ ਆ, ਇਹ ਆਪਣੇ ਨਾਲ ਵੀ ਬੀਤੀਆਂ ਵਾਂ, ਆਪਾਂ ਵੀ ਇਹ ਚੀਜ਼ਾਂ ਮਹਿਸੂਸ ਕਰਦੇ ਹਾਂ, ਕਿਉਂਕਿ ਮਾਂ ਆਪਣੇ ਨਾਲ ਜਦੋਂ ਰਹਿੰਦੀ ਆ ਆਪਣਾ। ਮੈਂ ਹੁਣ ਆਪਣੀ ਮੰਮੀ ਜੀ ਕੋਲ ਦੂਰ ਆ, ਮਗਰ ਉਹਨੂੰ ਫਿਕਰ ਹਾਲੇ ਇੰਨੀ ਹੁੰਦੀ ਆ ਕਿ ਪੁੱਛ ਕੁਛ ਉਹ ਨਾ, ਮਤਲਬ ਜਦੋਂ ਵੀ ਫੋਨ ਕਰਦੀ ਉਹ ਹਰ ਇੱਕ ਗੱਲ ਪੁੱਛਦੀ ਆ, ਅਤੇ ਦਿਲ ਐਂ ਕਰਦਾ ਕਿ ਕਿਤੇ ਮਾਂ ਦੇ ਲੱਗ ਗਏ ਉਹਨੇ। ਚਲੋ ਬਾਕੀ ਸਮੇਂ ਦੇ ਹਿਸਾਬ ਨਾਲ ਮਜਬੂਰੀਆਂ ਵਾਂ, ਹਰ ਇੱਕ ਨੂੰ ਜੋਬ ਕਰਨੀ ਪੈਂਦੀ ਆ, ਹੈ ਨਾ, ਉਹ ਇੱਕ ਗੱਲ ਵੱਖਰੀ ਆ। ਬਾਕੀ ਮਾਂ ਨੂੰ ਪਿਆਰ ਕਰਿਆ ਕਰੋ, ਮਾਂ ਨੂੰ ਜ਼ਰੂਰ ਪਿਆਰ ਕਰਿਆ ਕਰੋ ਯਾਰ, ਇਹ ਨਹੀਂ ਕਿ ਤੁਸੀਂ ਮਾਂ ਨੂੰ, ਮੈਂ ਵੇਹਨਾ ਨਾ ਕਿ ਅਨਾਥ ਆਸ਼ਰਮ ਮਾਂ ਪਿਓ ਨੂੰ ਛੱਡ ਦਿੰਦੇ ਆ ਯਾਰ, ਕਿਉਂ ਆਪਾਂ ਇੰਨੇ ਡਿੱਗ ਪਏ ਆਪਣੇ ਮਾਂ ਪਿਓ ਨੂੰ ਨਹੀਂ ਪਾਲ ਸਕਦੇ ਜਿੰਨੇ ਆਪਾਂ ਨੂੰ ਛੋਟੇ ਹੁੰਦੇ ਪਾਲਿਆ, ਆਪਾਂ ਅੱਜ ਉਹਨੂੰ ਪਾਲਣ ਤੋਂ ਅੱਕ ਗਏ। ਪਿਆਰ ਕਰਿਆ ਕਰੋ, ਮਾਂ ਪਿਓ ਦੁਬਾਰਾ ਨਹੀਂ ਮਿਲਣਾ ਜੇ ਇੱਕ ਵਾਰੀ ਚਲਾ ਗਿਆ, ਚੇਤੇ ਰੱਖਿਓ। ਅਤੇ ਭਰਾਵਾਂ ਨਾਲ ਵੀ ਪਿਆਰ ਬਣਾ ਕੇ ਰੱਖੋ, ਤੁਹਾਨੂੰ ਜਿਹੜੇ ਤੁਹਾਡੇ ਲੱਗਣ ਵਾਲੇ ਹੁੰਦੇ ਆ ਉਹ ਤੁਹਾਡੇ ਭਰਾਵਾਂ ਦੇ ਵਿੱਚ ਫਿੱਕ ਪਾਉਂਦੇ ਆ। ਮੈਂ ਉਹੀ ਸੋਚਦਾ ਹੁੰਦਾ ਕਿ ਆਪਾਂ ਫਿੱਕ ਕਾਹਤੋਂ ਪਾਉਂਦੇ ਹਾਂ, ਝੁਕ ਜਾ ਕਰੋ। ਜੇ ਤੁਹਾਡੇ ਅੱਗੇ ਵੱਡਾ ਭਰਾ ਕੋਈ ਮੰਨ ਲਓ ਗਲਤੀ ਹੋ ਜਾਂਦੀ ਹੈ ਹਰ ਇੱਕ ਤੋਂ, ਇੱਦੀ ਕੋਈ ਗੱਲ ਨਹੀਂ ਕਿ ਗਲਤੀ ਨਹੀਂ, ਝੁਕ ਜਾ ਕਰੋ। ਝੁਕਣ ਲੱਗਿਆਂ ਕੋਈ ਆਪਾਂ ਛੋਟੇ ਥੋੜ੍ਹਾ ਹੋ ਜਾਣਾ, ਆਪਣਾ ਭਰਾ ਵਾ ਯਾਰ, ਜੇ ਪਹਿਲਾਂ ਝੁਕ ਜਾਂਦੇ ਸੀ ਨਿੱਕੇ ਹੁੰਦੇ ਤਾਂ ਅੱਜ ਝੁਕ ਜਾਂਗੇ ਤਾਂ ਕਿਉਂ ਚੱਲਿਆ, ਘਸ ਥੋੜ੍ਹਾ ਕੁਝ ਜਾਣਾ, ਈਗੋ 'ਚ ਨਾ ਮਰੀ ਜਾਓ, ਇਹ ਤੂੰ ਮੈਂ ਮੇਰੀ ਨਾ ਕਰ, ਮੈਂ ਮੇਰੀ ਕੀ ਆ, ਕੀ ਲੈ ਕੇ ਜਾਣਾ ਇੱਥੋਂ, ਸਭ ਛੱਡ ਜਾਣਾ ਇੱਥੇ,
जिदे करके तू लड़न दिया ना, जिदे करके अपने भरा तू अड कर दिया, जिदे करके तू भरा इट कुत्ते का वैर पालिया, जिहड़े करके तू भरा वड्ढन फिर वो तेरे नाल नहीं जाना। जिदन तेरा भरा तुर गया ना तेनू उदन याद आनी, या जिदन तू तुर गया उस भरा तेरी याद आनी, फिर तू चेते करना यार भरा मेरा हों तो मैं अज आह कर लेना। जिन्हों के भरा नहीं उन्होंने पूछ के वेखो कि भरा कि चाहते कि साडा भरा हों, तो फिर आप कह तो लड़ लड़ मरी जाते हैं जे अपन रब ने दते। प्यार वंडो, प्यार स्टोरिया पाना स्टेटस पाना प्यार नहीं वादा, प्यार इतों वादा वा शो करना प्यार नहीं हुंदा। मैनू ये लगता कि जेडे आप सोशल मीडिया से ज़्यादा शोबाजी करते हैं ना वो आप दिखावे भी करते हैं, लोगों को दिखाने आप कभी असल च प्यार ही नहीं किया, आप सोशल मीडिया से प्यार किया बस। असल च कितने भरा टाइम दे के देखो, असल च भरा ना कितने हर एक गल सांझी करके देखो, तुहानू पता लगू भरा की है। माँ ना हर एक माँ ना तुसी गल सांझी करके देखो, कोई तुहाडे नाल माड़ा काम हो गया तुसी माँ नाल सांझी करो, तुहाडी माँ तुहाडा अद्धा हौसला वधा दूगी, ये गल सीरीयस है। इस करके माँ प्यो अपने भरा ना प्यार वंडो जिन्ना वंड सकते हो। जे तुहानू ये ट्रेलर वधिया लगा भी जाके जरूर प्यार दो, मैनू बहुत प्यारा ट्रेलर लगा, तो बाकी तुसी कमेंट करके जरूर दस्यो तुहानू मेरा रिएक्शन किदां लगा। जे तुहानू कोई मेरी गल माड़ी भी लगी हो तो कमेंट बॉक्स दस सकते जो, तो जे तुहानू कोई वधिया लगी हो तो वो भी कमेंट कर सकते जो। तो आप मिलेंगे जल्दी नैक्सट वीडियो, तक दे सत श्री अकाल, बाय बाय।